ਹੈਲੋ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਪ੍ਰਭਜੋਤ @8 ਵਲੋਗ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ। ਅਤੇ ਅੱਜ ਹੈ ਲੋਹੜੀ, ਲੋਹੜੀ 'ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਅਤੇ ਆਪਾਂ ਮਨਾ ਰਹੇ ਸੀਗੇ ਲੋਹੜੀ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਦੀ ਘੰਟੀ ਨੂੰ ਜ਼ਰੂਰ ਦਬਾ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ। ਅਤੇ ਆਪਾਂ ਕਰਦੇ ਸ਼ੁਰੂ ਅੱਜ ਦਾ ਵਲੋਗ। ਅੱਜ ਦਾ ਵਲੋਗ ਲੋਹੜੀ ਨਾਲ ਰਿਲੇਟਡ ਹੈ ਜੀ, ਅਤੇ ਵਲੋਗ ਨੂੰ ਤੁਸੀਂ ਐਂਡ ਤੱਕ ਦੇਖਣਾ ਅਤੇ ਨਾਲੇ ਇੰਜੋਏ ਕਰਨਾ ਵੀਡੀਓ ਨੂੰ। ਅਤੇ ਚਲੋ ਜੀ, ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ। ਮਨਿੰਦਰ ਜੀ ਪਾ ਰਹੇ ਨੇ ਤਲਾਮਾ ਆਪਣੇ ਪਤੰਗ ਵਿੱਚ, ਹੈ ਨਾ ਪੈ ਗਈ ਵੀਰੇ ਨੂੰ ਕਹਾ ਹਰਮਨ ਨੂੰ ਪਾ ਲੈਣੀ ਆ। ਧਿਆਨ ਨਾਲ ਚੜਾਇਓ, ਹੈ ਨਾ ਚੜੇ ਨੀ ਤੇਰਾ ਪਤੰਗ? ਨਵਾਂ ਲੈ ਕੇ ਆਣਾ, ਲਿਆਓ। ਮਨਿੰਦਰ ਤੋਂ ਪਈ ਨੀ ਤਲਾਮ ਤੇ ਹੁਣ ਆ ਗਿਆ ਹਰਮਨ ਕੋਲੇ ਤੇ ਹਰਮਨ ਪਾਣ ਲੱਗਿਆ। ਤੇ ਉਹਨੇ ਆਪਣਾ ਪਤੰਗ ਦੇ ਤਾ ਮਨਿੰਦਰ ਨੂੰ। ਇਧਰ ਆਸ਼ੂ ਨੇ ਚੜਾਇਆ ਹੋਇਆ, ਓਏ ਆਸ਼ੂ ਲੱਗ ਗਿਆ ਰੋਣ। ਮੈਚ ਆਪਣਾ ਫਸ ਚੁੱਕਿਆ ਤੇ ਆਸ਼ੂ ਦਾ ਪਤੰਗ ਆ ਗਿਆ ਥੱਲੇ, ਹੁਣ ਆਸ਼ੂ ਨੇ ਰੋਣਾ। ਇਹਦੇ ਸਾਡੇ ਹੈਲਪਰ ਸਾਹਿਬ ਆਂਦਾ ਪਤੰਗ ਚੜਾਉਣਾ, ਆਂਦਾ ਪ੍ਰੀਤ ਥੋੜਾ ਥੋੜਾ ਆਂਦਾ ਕਿਵੇਂ ਮਨਿੰਦਰ ਕਿਵੇਂ? ਉਹ ਕੀ ਹੁੰਦਾ ਹੈ? ਉਹ ਕੀ ਹੁੰਦਾ? ਡੋਰ ਛੱਡ ਦੇ, ਡੋਰ ਛੱਡ ਬਈ। ਲਾਉਂ ਤਾਂ ਮੈਂ ਫਿਰ ਚੜਾਈ
ਹਰਮਨ ਮੈਂ ਤਾਂ ਲਾਉਂਗਾ, ਮੈਂ ਲਾਉਂ ਕੀ ਕਹਾ, ਪੇਚਾ ਨਾ ਲਾਈ, ਪੇਚਾ ਲਾਉਣ ਲਈ ਹੁੰਦਾ ਪਤੰਗ ਤੁਹਾਡਾ ਚੜਦਾ ਨੀ ਹੈਗਾ। ਚਲ ਠੀਕ ਆ, ਕਰ ਲੈ, ਜਿੰਨੇ ਮਰਜ਼ੀ ਲੈ ਦੋ ਪਤੰਗ, ਇਹਨਾਂ ਨੂੰ ਲੁੱਟਣ ਦਾ ਸਵਾਦ ਵੱਖਰਾ ਹੀ ਆ, ਹੈ ਨਾ, ਹੈ ਲੁੱਟ ਹੀ ਲਿਆ। ਕਿੱਥੇ ਪਤੰਗ ਤੁਹਾਡਾ, ਓ ਰਿਹਾ ਕਿੱਦਾਂ, ਥੱਲੇ ਲਾ ਲਾ ਇਹਨੂੰ, ਇਧਰਲੀ ਸਾਈਡ ਨੂੰ ਲੈ ਆ, ਹੌਲੀ ਹੌਲੀ ਕੱਢ ਕੇ, ਉਰੇ ਨੂੰ ਲੈ ਆ ਹੌਲੀ ਹੌਲੀ ਕੱਢ ਕੇ, ਪਿੱਛੇ ਦੇਖੀ, ਪਿੱਛੇ ਮੇਰੇ ਬੂਟੇ ਨਾ ਮਿੱਧ ਦੀ, ਹਾਂਜੀ ਇੱਥੇ ਆਪਾਂ ਧੂਣੀ ਲਾਉਣ ਦੀ ਤਿਆਰੀ ਕਰ ਰਹੇ ਸੀਗੇ, ਅਤੇ ਇਹ ਪਾਥੀਆਂ ਅਤੇ ਲੱਕੜਾਂ ਨਾਲ ਇਸ ਤਰ੍ਹਾਂ ਧੂਣੀ ਲੱਗਦੀ ਹੈ ਲੋਹੜੀ ਨੂੰ, ਅਤੇ ਤਿਆਰੀ ਕਰ ਰਹੇ ਸੀਗੇ ਆਪਾਂ, ਫਿਰ ਉਸ ਤੋਂ ਬਾਅਦ ਆਪਾਂ ਮੱਥਾ ਟੇਕਾਂਗੇ ਲੋਹੜੀ ਦਾ। ਮੇਰੇ ਨਾਲ ਮੇਰੀ ਨਿੱਕੀ ਜਿਹੀ ਪਰੀ ਹੈਲਪ ਕਰਾ ਰਹੀ ਸੀਗੀ। ਇੱਦਾਂ ਫਿਰ ਉਹਨੂੰ ਜਲਾ ਕੇ ਫਿਰ ਇਹਦੇ 'ਤੇ ਫਿਰ ਧੂਣੀ ਲਾਵਾਂਗੇ ਆਪਾਂ। ਅਤੇ ਹੁਣ ਤਿਆਰੀ ਕਰ ਲਈ ਸੀਗੀ ਆਪਾਂ, ਅਤੇ ਇੱਦਾਂ ਧੂਣੀ ਪਖਾ ਲਈ ਸੀਗੀ। ਦਿਨ ਤਿਉਹਾਰ ਨਾ ਆਪਣਿਆਂ ਨਾਲ ਆਪਣੇ ਪਰਿਵਾਰ ਨਾਲ ਵਧੀਆ ਲੱਗਦੇ ਨੇਗੇ, ਅਤੇ ਅਸੀਂ ਦੋਨੇ ਪਰਿਵਾਰ ਇੱਦਾਂ ਪਹਿਲਾਂ ਤਾਂ ਇਕੱਠੇ ਹੀ ਰਹਿੰਦੇ ਸੀਗੇ, ਅਤੇ ਹੁਣ ਫਿਰ ਉਹ ਇੱਧਰ ਆ ਗਏ ਸੀ ਆਪਣੇ ਕੋਲ ਡੈਡੀ ਹੁਣੇ, ਅਤੇ ਫਿਰ ਆਪਾਂ ਰਲ ਕੇ ਲੋਹੜੀ ਮਨਾਈ, ਅਤੇ ਇਹਦੇ ਆਲੇ ਦੁਆਲੇ ਬੈਠ ਕੇ ਸੇਕਦੇ ਹੁੰਦੇ, ਨਾਲੇ ਗੱਲਾਂ ਕਰਦੇ ਹੁੰਦੇ ਹਾਂ, ਅਤੇ ਨਾਲੇ ਮੱਥਾ ਟੇਕ ਲੈਂਦੇ ਹਾਂ, ਜਿੱਦਾਂ ਫਿਰ ਆਪਣੇ ਪਰਿਵਾਰ 'ਚ ਲੋਹੜੀ ਸੈਲੀਬ੍ਰੇਟ ਕਰਦੇ ਹਾਂ ਜੀ। ਲਓ ਜੀ ਇੱਥੇ ਬਾਲ ਲਈ ਸੀ ਆਪਾਂ ਧੂਣੀ, ਅਤੇ ਧੂਣੀ ਦੇ ਵਿੱਚ ਨਾ ਚਿੱਟੇ ਤੇਲ ਜਿਹੜੇ ਹੁੰਦੇ ਨੇਗੇ ਉਹ ਵਿੱਚ ਪਾ ਕੇ ਅਤੇ ਪੂਜਾ ਕਰਦੇ ਹੁੰਦੇ ਨੇਗੇ, ਵਿੱਚ ਰਿਉੜੀਆਂ ਮੂੰਗਫਲੀ ਵਗੈਰਾ ਵੀ ਸਾਰਾ ਸਾਰੇ ਨਾਲ ਪੂਜਾ ਕਰਦੇ, ਅਤੇ ਕਹਿੰਦੇ ਹੁੰਦੇ ਇਸ ਰਾਹ ਦਰਿੱਦਰ ਜਾ ਦਰਿੱਦਰ ਦੇ ਜਿਹੜੇ ਚੁੱਲ੍ਹੇ ਪਾ, ਇੱਦਾਂ ਕਹਿ ਕੇ
ਫਿਰ ਆਪਾਂ ਪੂਜਾ ਕਰਦੇ ਹੁੰਦੇ ਹਾਂ ਲੋਹੜੀ ਦੀ ਜੀ, ਅਤੇ ਬੈਠ ਕੇ ਇੰਜੋਏ ਕਰ ਰਹੇ ਸੀ ਸਾਰੇ, ਡੈਡੀ ਰਿੱਕੀ ਹੁਣ ਸਾਰੇ ਉੱਧਰੋਂ ਵੀ ਆ ਗਏ ਸੀ, ਗੁਰਜੀਤ ਅਤੇ ਹਰਮਨ ਜੀ ਬੈਠੇ ਸੀਗੇ ਅਤੇ ਇੰਜੋਏ ਕਰ ਰਹੇ ਸੀਗੇ। ਪਹਿਲੇ ਨਾ ਇਕੱਠੇ ਹੋ ਕੇ ਅਸੀਂ ਜਦੋਂ ਛੋਟੇ ਹੁੰਦੇ ਸੀਗੇ ਅਤੇ ਇਕੱਠੇ ਹੋ ਕੇ ਜਾਂਦੇ ਹੁੰਦੇ ਸੀਗੇ ਲੋਹੜੀ ਮੰਗਣ, ਬੜਾ ਮਜ਼ਾ ਆਉਂਦਾ ਹੁੰਦਾ ਸੀਗਾ, ਗੀਤ ਗਾਉਂਦੇ ਹੁੰਦੇ ਸੀਗੇ, ਲੋਹੜੀ ਮੰਗਦੇ ਸੀਗੇ, ਇੰਜੋਏ ਕਰਦੇ ਸੀਗੇ ਜਦੋਂ ਬਚਪਨ ਹੁੰਦਾ ਸੀਗਾ। ਅਤੇ ਅੱਜ ਕੱਲ੍ਹ ਦੇ ਬੱਚੇ ਤਾਂ ਬਸ ਆਪਣੇ ਆਪਣੇ ਘਰ ਹੀ ਮਨਾ ਲੈਂਦੇ, ਅਤੇ ਪਹਿਲਾਂ ਵਾਲਾ ਹੁਣ ਮਾਹੌਲ ਵੀ ਨਹੀਂ ਹੈਗਾ, ਬਸ ਆਪਣੇ ਘਰ ਇੰਜੋਏ ਕਰਦੇ ਨੇਗੇ ਸਾਰੇ। ਆਪਣੀ ਫੈਮਲੀ ਦਾ ਖਿਆਲ ਰੱਖਣਾ ਜੀ।